ਕੀ ਨਾਂ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨੂਰ ਹੈ। ਕਿਹੜੀ ਜਗ੍ਹਾ ਤੋਂ? ਮੈਂ ਪਟਿਆਲਾ ਤੋਂ ਹਾਂ। ਇਹ ਬੱਚੋਂ ਦੇ ਲੀਚੀ ਦਾ ਸਰਵ ਪਸੰਦ ਆਈ ਹੁਣ ਜੀ, ਲੀਚੀ ਦੀ ਪ੍ਰੋਬਲਮ ਨੇ ਕਿਵੇਂ ਕੀ ਹੈ ਕਿ ਨਹੀਂ ਹੈ ਦੋਸਤੋ? ਦੇਖੋ, ਲੀਚੀ ਤਾਂ ਅਸੀਂ ਬਚਪਨ ਤੋਂ ਖਾਂਦੇ ਆ ਰਹੇ ਹਾਂ ਅਤੇ ਮੇਰੇ ਖਿਆਲ ਨਾਲ ਲੀਚੀ ਬਹੁਤ ਵਧੀਆ ਇੱਕ ਫਰੂਟ ਹੈ ਜਿਹੜਾ ਸਾਨੂੰ ਹਾਈਡਰੇਟ ਰੱਖਦੀ ਹੈ। ਪਰ ਜਿਵੇਂ ਹੁਣ ਸਾਨੂੰ ਨਿਊਜ਼ ਪਤਾ ਲੱਗ ਰਹੀ ਹੈ ਕਿ ਵੀ ਚਮਕੀ ਬੁਖਾਰ ਹੋਇਆ ਦੂਸਰੀ ਸਟੇਟ ਦੇ ਵਿੱਚ, ਅਤੇ ਉਸ ਦੇ ਵਿੱਚ ਕੋਈ ਕੀੜਾ ਹੈ ਤਾਂ ਕਰਕੇ। ਬਟ ਇਸ ਸਟੇਟ 'ਚ ਪਟਿਆਲੇ ਵਿੱਚ ਹਜੇ ਤੱਕ ਮੈਨੂੰ ਕੋਈ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਕਿ ਕਿਸੇ ਨੂੰ ਬੁਖਾਰ ਹੈ ਜਾਂ ਮੇਰੇ ਨੌਲੇਜ ਨਹੀਂ ਹੋਏਗਾ। ਪਰ ਮੈਂ ਅੱਜ ਤੋਂ ਵੀ ਖਾਂਦੀ ਆ ਰਹੀ ਹਾਂ ਅਤੇ ਮੈਂ ਕੱਲ੍ਹ ਵੀ ਖਾਇਆ ਸੀ ਫਰੂਟ ਮੈਂ ਖਾਂਦੀ ਆ ਰਹੀ, ਪਰ ਹਜੇ ਤੱਕ ਮੈਨੂੰ ਕੋਈ ਬਿਮਾਰੀ ਨਹੀਂ ਲੱਗੀ। ਜਿਹੜੀ ਵੀਡੀਓ ਆ, ਸਹੀ ਹੈ ਗਲਤ? ਮੇਰੇ ਖਿਆਲ ਨਾਲ ਜੋ ਵਿਊਜ਼ ਮਿਲਦੇ ਆ ਵੀਡੀਓ ਬਸ ਉਹ ਬਿਲਕੁਲ ਸਹੀ ਹੈ, ਕਿਉਂਕਿ ਇੰਨੇ ਲੋਕਾਂ ਦੀ ਮੌਤ ਹੋਈ ਹੈ ਬਿਹਾਰ ਵਿੱਚ, ਅਤੇ ਮੇਰੇ ਖਿਆਲ ਨਾਲ ਉਸ 'ਚ ਕੋਈ ਕੀੜਾ ਹੈ ਤਾਂ ਕਰਕੇ, ਕਿਉਂਕਿ ਸਾਨੂੰ ਨਹੀਂ ਪਤਾ ਵੀ ਉਸ 'ਚ ਕਿਉਂ ਪ੍ਰੋਬਲਮ ਆਈ ਅਤੇ ਬੱਚੇ ਬਿਮਾਰ ਹੋ ਰਹੇ ਆ। ਅਤੇ ਮੇਰੇ ਖਿਆਲ ਉਹਦਾ ਬਹੁਤ ਹੀ ਜਲਦੀ ਡਾਕਟਰਾਂ ਨੂੰ ਠੀਕ ਕਰਨਾ ਚਾਹੀਦਾ ਵੀ ਕੀ ਕਾਰਨ ਹੈ, ਤਾਂ ਉਹਦਾ ਧਿਆਨ ਰੱਖਣਾ ਚਾਹੀਦਾ। ਕੀ ਨਾਂ ਜੀ? ਮੇਰਾ ਨਾਮ ਪੁਸ਼ਪਿੰਦਰ ਕੌਰ ਹੈ। ਕਿਹੜੀ ਜਗ੍ਹਾ ਤੋਂ? ਲੀਚੀ ਦਾ ਜੋ ਪ੍ਰਭਾਵ ਦੇਖਿਆ ਜਾ ਰਿਹਾ ਕਿ ਲੀਚੀ ਨਹੀਂ ਖਾਣੀ ਚਾਹੀਦੀ, ਜਿਸ ਤਰ੍ਹਾਂ ਦੂਸਰੀਆਂ ਸਟੇਟਾਂ ਦੇ ਵਿੱਚੋਂ ਆ ਰਹੀ ਸੀ ਲੀਚੀ ਦੇ ਪ੍ਰਭਾਵ ਨਾਲ ਕੀੜੇ ਵਗੈਰਾ। ਬੋਲ ਕੀ ਬੋਲਣਾ, ਮੇਰੇ ਤੋਂ ਕੁਝ ਵੱਡਿਆਂ ਦੀ ਵੀ ਡੈਥ ਹੋਈ ਹੈ, ਬੱਚਿਆਂ ਦੀ ਵੀ ਹੋਈ ਹੈ। ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਪਰਹੇਜ਼ ਕੀਤਾ ਜਾ ਰਿਹਾ ਕਿ ਲੀਚੀ ਨਾ ਖਾਓ ਜਦ ਤੱਕ ਕਿ ਲੀਚੀ ਦਾ ਪ੍ਰਭਾਵ ਹੈਗਾ। ਲੀਚੀ ਹੈ ਕੀ ਹੈ ਸਰ, ਤੁਹਾਨੂੰ ਕਿਵੇਂ ਪਤਾ ਚੱਲਿਆ? ਲੀਚੀ ਦੇ ਵਿੱਚ ਇਹ ਪਤਾ ਚੱਲਿਆ ਕਿ ਉਹ 'ਚ ਕੋਈ ਕੀੜਾ ਨਜ਼ਰ ਆਉਂਦਾ, ਕੀੜਾ ਹੈਗਾ। ਇਸ ਕਰਕੇ ਸਭ ਨੂੰ ਇਸ ਗੱਲ ਦਾ ਡਰ ਬੈਠ ਸ਼ੰਕਾ ਬੈਠ ਚੁੱਕੀ ਹੈ ਕਿ ਸ਼ਾਇਦ ਕਿ ਇੱਥੇ ਵੀ ਇਹ ਪ੍ਰਭਾਵ ਨਾ ਪਵੇ ਇਸ ਕਰਕੇ। ਪਰ ਹਾਲੇ ਤੱਕ ਕੋਈ ਚਮਕੀ ਬੁਖਾਰ ਦੀ ਸਾਨੂੰ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ ਕਿ ਇਸ ਤਰ੍ਹਾਂ ਦਾ ਚਮਕੀ ਬੁਖਾਰ ਕਿਸੇ ਨੂੰ ਹੋਇਆ ਹੈ ਜਾਂ ਨਹੀਂ ਹੋਇਆ। ਇਸ ਮੇਰਾ ਨਾਮ ਰਜਨੀ ਹੈ, ਮੈਂ ਪਟਿਆਲਾ ਤੋਂ। ਛੋਟੇ ਨੇ ਲੀਚੀ ਖਾਂਦੇ ਹੋ, ਹੁਣ ਲੀਚੀ ਖਾਂਦੇ ਹੋ ਨਹੀਂ ਖਾਂਦੇ ਹੋ ਕੀ ਜੀ ਦੋਸਤੋ? ਯੈਸ, ਬਹੁਤ ਸਾਰੇ ਪੀਪਲ ਲੀਚੀ ਖਾਂਦੇ ਆ ਐਂਡ ਮੈਂ ਵੀ ਬਹੁਤ ਜ਼ਿਆਦਾ ਖਾਂਦੀ ਹਾਂ। ਬਟ ਮੇਰੀ ਡੇਲੀ ਡਾਇਟ ਹੈ, ਅਤੇ ਜਿਵੇਂ ਕਿ ਬਿਹਾਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਨੇ, ਸੁਣਨ 'ਚ ਆ ਰਿਹਾ ਵੀਡੀਓਜ਼ ਦੇ ਵਿੱਚ ਕਿ ਲੀਚੀ ਦੇ ਵਿੱਚ ਕੀੜਾ ਪਾਇਆ ਜਾਂਦਾ, ਅਤੇ ਬਹੁਤ ਸਾਰੇ ਬੱਚਿਆਂ ਦੀ ਡੈਥ ਵੀ ਹੋ ਰਹੀ ਹੈ ਇਹਦੇ ਨਾਲ। ਅਤੇ ਇਹਦੇ ਨਾਲ ਡਾਕਟਰਸ ਨੂੰ ਧਿਆਨ ਰੱਖਣਾ ਚਾਹੀਦਾ ਕਿ ਵੱਧ ਤੋਂ ਵੱਧ ਕੇਅਰ ਕਰਨੀ ਚਾਹੀਦੀ ਹੈ, ਅਤੇ ਉਹਦੇ ਵਿੱਚ ਧਿਆਨ ਰੱਖਣਾ ਚਾਹੀਦਾ ਗੌਰਮੈਂਟ ਨੂੰ ਵੀ, ਅਤੇ ਲੀਚੀ ਦੇ ਵਿੱਚ ਵੀ ਕਿਉਂ ਇਹ ਕੀੜੇ ਵਿੱਚ ਪ੍ਰੋਬਲਮ ਆ ਰਹੀ ਹੈ, ਤਾਂ ਉਹਨਾਂ ਨੂੰ ਇਹਦੇ ਵਿੱਚ ਧਿਆਨ ਰੱਖਣਾ ਚਾਹੀਦਾ ਵੀ ਉਹਨੂੰ ਲੀਚੀ ਨੂੰ ਪ੍ਰੋਪਰ ਤਰੀਕੇ ਨਾਲ ਉਗਾਇਆ ਜਾਵੇ। ਅਤੇ ਹਾਲਾਂ ਤੱਕ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਇਹਦੇ ਵਿੱਚ, ਮੈਂ ਪਟਿਆਲੇ ਦੇ ਵਿੱਚ ਹਾਂ ਅਤੇ ਤੱਕ ਮੈਨੂੰ ਕੋਈ ਸੁਣਨ ਦੇ ਵਿੱਚ ਵੀ ਨਹੀਂ ਆ ਰਿਹਾ ਇਹਦੇ ਵਿੱਚ ਚਮਕੀ ਬੁਖਾਰ ਹੋ ਰਿਹਾ।